ਵਿਚਾਰਾ ਕੋ ਸਾਰਾ ਮਾਹੌਲ ਲਿਖਿਆ ਨਾ ਕੋਡੀ ਕੋਡੀ ਦਾ ਉਹ ਪਾਸੇ ਵਾਲਾ ਸਾਰਾ ਮਾਹੌਲ ਲਿਖਿਆ ਮੈਂ ਕਿਉਂਕਿ ਗੱਪ ਸ਼ੱਪ ਲੱਗਦੀ ਪਈ ਹੈ ਜਿਤਨੇ ਦੋ ਸਾਰੇ ਜਿਹਨਾਂ ਦੇ ਮੈਂ ਤੁਹਾਡੀ ਆ ਗਈਆਂ ਵੀਡੀਓ ਬਣਾਵਾਂ ਕਿਉਂਕਿ ਕਬੱਡੀ ਕਬੱਡੀ ਦੀ ਤਾਂ ਖਾਮ ਖਾ ਵੀਡੀਓ ਬਣਾਵਣੀ ਹੈ ਇਹਨੂੰ ਹੀ ਲੱਗਾ ਪੀਏ ਅਤੇ ਹੀ ਉਹਨੂੰ ਇਹ ਲੀਕਾ ਦਿਸਦਾ ਪੀਏ ਅਤੇ ਹੁਣ ਇਹਨਾਂ ਦੀ ਬਣੇ ਤਾਂ ਪੈ ਵੀਡੀਓ ਕਿਉਂਕਿ ਇਹਨਾਂ ਖੇਡਣੀ ਹੈ ਕਬੱਡੀ ਕਬੱਡੀ ਅਤੇ ਦੇਸੀ ਦਿਹਾਤੀ ਮਾਹੌਲ ਦੇ ਵਿੱਚ ਕਬੱਡੀ ਕਬੱਡੀ ਨਾ ਹੋਵੇ ਜਲਸੀ ਇਹਨੂੰ ਉੱਠ ਸੀ ਇਹਨੂੰ ਇਹਨੂੰ ਜਲਸੀ ਉਹਨੂੰ ਉੱਠ ਸੀ ਚਲੋ ਸਹੀ ਬਾਈ ਉੱਠੀ ਗਈ ਆਓ ਆ ਗਏ ਯਾਰੋ ਇਹ ਸਾਡੀ ਦੇਸੀ ਦਿਹਾਤੀ ਮਿਹਾਗ ਮਿਹਾਗ ਅਸਾਂ ਪਾਕਦੇ ਹਾਂ ਸਾਰੇ ਮੋਖਰ ਮੋਖਰ ਆ ਗਏ ਨੇ ਇਹ ਹੁਣ ਕ੍ਰਾਸਿੰਗ ਕਰੇ ਸਨ ਸਾਡੀ ਕਬੱਡੀ ਕਬੱਡੀ ਵਾਲੇ ਮੈਦਾਨ ਕੋ ਸਾਰੇ ਕੋ ਸਾਈਡ ਤੇ ਕਰ ਖੜਾਏ ਚੋਖਰਾਂ ਆਓ ਜੀ ਆਓ ਆਓ ਕੁਛ ਆ ਕੇ ਨਾਮ ਮੰਡ ਦੇਵੇ ਇਹਨਾਂ ਦੇ ਤਾਂ ਸਿੰਘ ਹੀ ਵੱਡੇ ਵੱਡੇ ਨੇ ਇਹ ਤਾਂ ਮਿਨਾਰੇ ਪਾਕਿਸਤਾਨ ਵਾਲੇ ਸਿੰਘ ਹੈ ਨਹੀਂ ਦੇ ਤਾਂ ਪੰਜਾ ਦਿਓ ਯਾਰ ਪੰਜਾ ਦਿਓ ਕਹਿੰਦੇ ਨਹੀਂ ਬਾਬੀ ਜਿਹੜਾ ਨਿੱਕਾ ਦਿਸਦਾ ਵਾ ਤੇ ਇਹ ਕੋਈ ਡਮਾਵਣ ਦੇ ਚੱਕਰ ਹੀ ਚੇ ਤੂੰ ਹੁਣ ਅਗੂ ਨਾ ਪਾਇਆ ਏ ਉਹਨਾਂ ਕੋ ਯਾਰੋ ਇਹ ਬੈਠੇ ਨੇ ਯਾਰ ਰੈਫਰ ਇਹ ਹੁਣ ਰੈਫਰੀ ਏ ਇਹ ਦੱਸਣੇ ਤੇ ਭਾਈ ਇਹ ਵੇਂਦਾ ਪਾ ਯਾਰੋ ਕਬੱਡੀ ਕਬੱਡੀ ਤੇ ਵੇਂਦਾ ਪਾ ਦੇਖਦੇ ਪਾਵੇ ਲੀਕਾ ਤਾਂ ਕਰਾਸ ਕਰ ਯਾਰੋ ਦੇਖਦੇ ਪਾਵੇ ਤਾਂ ਕੋ ਦੇਸੀ ਮਾਹੌਲ ਨਹੀਂ ਮਜ਼ਾ ਆ ਸੀ ਕਿਉਂਕਿ ਅੱਜ ਸਾਡੇ ਦਰਿਆ ਸਿੰਧ ਕਿਨਾਰੇ ਦਾ ਮਾਹੌਲ ਬਹੁਤ ਜ਼ਬਰਦਸਤ ਬੜਾ ਖੜੇ ਤੇ ਮੇਰੀ ਕੋਸ਼ਿਸ਼ ਹੈ ਜੋ ਮੇਰੇ ਸਾਰੇ ਵੀਵਰ ਖੁਸ਼ ਰਹਿਣ ਉਹਨਾਂ ਕੋ ਮਜ਼ਾ ਆਵੇ ਜੋ ਯਾਰ ਵਾਕੀ ਉਹਨਾਂ ਕੋ ਮਜ਼ਾ ਆਵੇ ਜੋ ਉਹਨਾਂ ਕੋ ਚਸ ਆਵੇ ਤੇ ਗੱਪ ਸ਼ੱਪ ਲੱਗੇ ਤੇ ਸਾਰਿਆਂ ਦੋਸਤਾਂ ਕੋ ਇਹ ਵੀ ਆ ਗਏ ਨੇ ਬੇਬੀ ਆ ਗਏ ਨੇ ਆਓ 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 ਜੀ ਆਓ ਆਓ ਇਹ ਸਭ ਕੋ ਸਾਰਾ ਮਾਹੌਲ ਇਸ ਵਾਸਤੇ ਬੜਾ ਕੇ ਨਹੀਂ ਕਹਿੰਦਾ ਕਹਿਣਾ ਜੋ ਤੁਹਾਰ ਕੋ ਇਹ ਸ਼ਾਇਦ ਆ ਜੀ ਓ ਜੀ ਓ ਜੀ ਓ ਜੀ ਵੱਟੀ ਵੈਸੀ ਆ ਕਬੱਡੀ ਦਾ ਮੈਦਾਨ ਲੱਗ ਗਈ ਵਾ ਵਾ ਕੀ ਵਾ ਕੀ ਵਾ ਲਾਭ ਕਿਤੇ ਨੇ ਬਈ ਲਾਭ ਕਿਤੇ ਨੇ ਲਾਭ ਕਿਤੇ ਨੇ ਲਾਭ ਕਿਤੇ ਨੇ ਲਾਭ ਕਿਤੇ ਨੇ ਚੁਹਾਰ ਕੋ ਲਾਭ ਕਿਤੇ ਨੇ ਗਾਂਵ ਟੱਪਾਂ ਦੇ ਟੱਪਾਂ ਦੇ ਟੱਪਾਂ ਦੇ ਟੱਪਾਂ ਦੇ ਟੱਪਾਂ ਦੇ ਕਬੱਡੀ ਕਬੱਡੀ ਚਲੋ ਇਹ ਸਾਡਾ ਜਿਹੜਾ ਦੇਸੀ ਮਾਹੌਲ ਹੈ ਨਾ ਇਹ ਕਬੱਡੀ ਕਬੱਡੀ ਵਾਲਾ ਅਸਾਂ ਉਹ ਹੋਊ ਤੇ ਕਬੱਡੀ ਕਬੱਡੀ ਨੱਖੀ ਦੀਜੇ ਨਾ ਬਸ ਮਜ਼ਾ ਹੀ ਨਹੀਂ ਆਉਂਦਾ ਤਾਂ ਕਬੱਡੀ ਕਬੱਡੀ ਜ਼ਰੂਰੀ ਆਉਂਦੀ ਹੈ ਜਿਹੜੇ ਵੇਲੇ ਦਰਿਆ ਤੇ ਅਸਾਂ ਆਉਂਦੇ ਹਾਂ ਤਾਂ ਅਸਾਂ ਕਬੱਡੀ ਕਬੱਡੀ ਖਾਮ ਖਾ ਵੀ ਖੇਡਦੇ ਹਾਂ ਦੇਖਦੇ ਪਾ ਲੱਭ ਕਿਤੇ ਲੱਭ ਕਿਤੇ ਲੱਭ ਕਿਤੇ ਲੱਭ ਕਿਤੇ ਲੱਭ ਕਿਤੇ ਕੰਡਿਆਂ ਦਾ ਖਿਆਲ ਕਰੋ ਯਾਰ ਕੰਡਿਆਂ ਦਾ ਖਿਆਲ ਕਰੋ ਚਲੋ ਜਣਾ ਉਹਨਾਂ ਹੀ ਉਹਨੂੰ ਨੱਪ ਕਿਤੇ ਇੰਨਾ ਵੀ ਹੀ ਨੱਪ ਕਿਤੇ ਤਾਂ ਹੁਣ ਦੇਖੋ ਬਸ ਦੇਖਾਂ ਜਲਾ ਗਏ ਜਿਹੜੇ ਵੀ ਜਲਾ ਗਏ ਜਿਹੜੇ ਜਲਾ ਗਏ ਵਾਕੀ ਵਾਕੀ ਵੇ ਆਵੇ ਤਾਂ ਪੀਏ ਵੱਡੀ ਕਬੱਡੀ ਠੀਕ ਗਈ ਵੀ ਹੁਣ ਕਿਧਰ ਨਾਪ ਕਿਲੇ ਨਾਪ ਕਿਲੇ ਇਹੋ ਰੋਲਾ ਆਪਣੇ ਨੂੰ ਨਾ ਜਿਹੜਾ ਅਦਨਾਥ ਲਾਇਆ ਤੇ ਉਹ ਨਹੀਂ ਮੰਨੇ ਤਾਂ ਗੁਜਣਾ ਨਹੀਂ ਲੱਗਾ ਆਉਂਦਾ ਪੀਏ ਬਈ ਇਹ ਦੇਖਦੇ ਪਾਵੇ
ہوں جہاں میں ماحول ہے تو سارا کو گپ شپ بھی لگتی پی ہے ماحول بڑا پی ہے آج کیونکہ دریائے سندھ کنارے 14 اگست وار دا تو میرا بھی کوشش ہے تو میرے دوست نا میرے دوست محفل ہوں گپ شپ ہوں مزہ آتا پائے تو آپ کو بھی سارے کو مزہ کرویں پیا میری بھی کوشش ہے کہ میرے دوستاں بھراواں کو مزہ آئے جو سارا دیسی دیاتی ماحول دیکھیں اے دیسی لڑکے او بار یادی بار یادی چلو بھائی کمار آئے دیسی دیاتی لڑکے جڑے ہیں نا ایویں ساری سارے ایے کھیڈا ہون ایو گپ شپ ہوں دوستاں دے نال کیونکہ او پرلی سائڈ جڑی ہے اوتھے سارے پروگرام پڑھدے پائیں تے ای سائڈ دے اوتے اج اے ایں دا پروگرام کوڈی کوڈی لگی کھڑی ہے تے بعد اللہ دے حکم نال سارے دوستاں کو کوڈی کوڈی دا ماحول مایا کہ چلو ضرور دکھاواں سارے دوستاں کو او لگا گیا جنا دیکھ دے پاوے ایویں ایک بندہ چلے سی جڑے ویلے کوڈی کوڈی دے ہی کار کے ویسی نا کوڈی کوڈی ایک بندے کو ہاتھ لا کے اگر او پکڑا نہ گیا تے او کو جلا کنی تے بھلا سی تے اگر او پکڑا گیا تے او خود جلا ویسی ایندا اے نظام ہوندے دیکھ دے پاوے سارے سارا ماحول دیکھ دے پاوے او ناپ کی دینے 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 جڑے کو پکڑ کی دینے بہرحال بہت مزہ آتا پی گپ شپ لگتی پی ہے سارے دوستوں گپ شپ لگتی پی ہے سارے کو کوڈی کوڈی کا ماحول بھی دکھائیں جتنے دوست سارے چینل کے نئے ہیں انہوں دوستوں کو تو خاص طور ریکویسٹ ہے کہ سارے چینل کو لائک کرو سبسکرائب کرو شیئر کرو کامنٹس کرو ان شاء اللہ تو اعلیٰ جی حوصلہ افزائی ہوتی ہے تاون ہوتے میرے کو مزہ آتے میں دوستوں کے واسطے مزید اچھی ویڈیو بناؤن کی کوشش کریں تو ان شاء اللہ سارے دوستوں کو اچھی ویڈیو بنا کے ضرور نکھے سر تو ان شاء اللہ تو ہوں گے پہ پروگرام والے پاس تو سارا پروگرام کا ماحول دکھے مزہ آتا پی ہو گپ شپ لگتی پی ہو دوست بھرا ساری ماحول محفل اج بہت مزہ آتا پی ہے دریائے سندھ کنارے کے اتنے کوڈی کوڈی کا بھی دوستوں کو ماحول دکھائیں بھی گپ شپ لوائی ہیں تو آج سارا بہیرا نا ماشاء اللہ آدھے ساون کا دریا اے ساون کا دریا ہے یار دیکھ دے پائے فل طور وا پائے ساون کا دریا تو میری کوشش ہے میں اپنے سارے کیونکہ اے ساری جی محفل ہوتی ہے اے ضروری نہیں کہ اساں چ رہنا پیسے کما کوئی پیسے نہیں یار اے ہوتی ہے ایک یادگار ہزاراں بندے آ گئے ہیں یہ کھیت کے بچ ہزاراں بندے آ گئے ہیں ایک یادگار بڑھ گئی ہے گپ شپ لگ گئی ہے تو ان شاء اللہ سارے دوستوں کو میری کوشش ہے کہ میں یادگار بھی بڑھے ساں تو مزے بھی کروے ساں تو جتنے دوست چینل سے نویں ہیں انہوں کو تو خاص طور ریکویسٹ ہے سارے چینل کو لائک سبسکرائب شیئر کامنٹس بہت مہربانی دوست